ਸਮੇਂ ਤੇ ਗ੍ਰਹਿ ਮੰਤਰਾਲੇ ਨੂੰ ਦੇਖ ਰਹੇ ਲੋਕ ਜਾਂ ਉਸ ਸਮੇਂ ਦੇ ਮੁੱਖ ਮੰਤਰੀ ਦਾ ਕੋਈ ਦੋਸ਼ ਨਹੀਂ ਸੀਗਾ ਉਹਨਾਂ ਨੇ ਪੁਲਿਸ ਨੂੰ ਕੋਈ ਨਿਰਦੇਸ਼ ਨਹੀਂ ਦਿੱਤੇ ਕੋਈ ਆਦੇਸ਼ ਨਹੀਂ ਦਿੱਤੇ ਕੇਵਲ ਜਿਵੇਂ ਹੀ ਚੋਣਾਂ ਦਾ ਸਮੇਂ ਆਉਂਦਾ ਅਸੀਂ ਕੁਝ ਸਰਕਾਰੀ ਕਰਮਚਾਰੀਆਂ ਦੀ ਬਲੀ ਇਸ ਕਰਕੇ ਲੈ ਲੈਂਦੇ ਹਾਂ ਪੁਲਿਸ ਅਧਿਕਾਰੀਆਂ ਨੂੰ ਇਸ ਕਰਕੇ ਨੌਕਰੀ ਤੋਂ ਬਰਤਰਫ ਕਰ ਦਿੰਦੇ ਹਾਂ ਤਾਂ ਕਿ ਸਾਨੂੰ ਉਸ ਵਿਸ਼ੇਸ਼ ਵਰਗ ਦੀ ਵੋਟਾਂ ਦਾ ਲਾਭ ਮਿਲ ਜਾਏ ਤੇ ਇਸ ਗੱਲ ਕੇ ਸ਼ਿਵ ਸੈਨਾ ਹਿੰਦੁਸਤਾਨ ਨੇ ਇਹਦੀ ਕੜੀ ਨਿੰਦਾ ਕਰਦੇ ਹੋਏ ਮੰਗ ਕੀਤੀ ਹੈ ਕਿ ਸੌੜੀ ਰਾਜਨੀਤੀ ਆਪਣੇ ਕੁਝ ਵੋਟਾਂ ਦੀ ਰਾਜਨੀਤੀ ਦੇ ਕਾਰਨ ਪੰਜਾਬ ਪੁਲਿਸ ਦੇ ਜਿਹੜੇ ਅਧਿਕਾਰੀਆਂ ਨੂੰ ਬਰਤਰਫ ਕੀਤਾ ਗਿਆ ਉਹ ਫੈਸਲਾ ਵਾਪਸ ਲਿਆ ਜਾਣਾ ਚਾਹੀਦਾ ਔਰ ਸਰਕਾਰ ਦੇ ਦ੍ਰਿਸ਼ਟੀਕਰਨ ਦੀ ਜਿਹੜੀ ਨੀਤੀ ਹੈ ਉਹ ਸ਼ਿਵ ਸੈਨਾ ਉਸਦੀ ਕੜੀ ਨਿੰਦਾ ਕਰਦੀ ਹੈ ਕਿ ਤੁਸੀਂ ਇੱਕ ਵਿਸ਼ੇਸ਼ ਵਰਗ ਨੂੰ ਖੁਸ਼ ਕਰਨ ਲਈ ਇੱਕ ਵਿਸ਼ੇਸ਼ ਵਰਗ ਦੀਆਂ ਵੋਟਾਂ ਹਾਸਲ ਕਰਨ ਲਈ ਤੁਸੀਂ ਅਧਿਕਾਰੀਆਂ ਦੀ ਬਲੀ ਦੇ ਦਿਓ ਅਗਰ ਇਹ ਮਾਮਲਾ ਦੋਸ਼ਪੂਰਨ ਸੀ ਤਾਂ ਉਸ ਸਮੇਂ ਦੇ ਗ੍ਰਹਿ ਮੰਤਰੀ ਦੇ ਖਿਲਾਫ ਉਸ ਸਮੇਂ ਦੇ ਮੁੱਖ ਮੰਤਰੀ ਦੇ ਖਿਲਾਫ ਉਸ ਸਮੇਂ ਦੇ ਹੋਰ ਵੀ ਉੱਚ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਕੇਵਲ ਵਿਚਲੇ ਪੱਧਰ ਦੇ ਅਧਿਕਾਰੀਆਂ ਨੂੰ ਸਸਪੈਂਡ ਕਰਕੇ ਬਰਤਰਫ ਕਰਕੇ ਤੁਸੀਂ ਜਾਣ ਬੁੱਝ ਕੇ ਵੋਟਾਂ ਹਾਸਲ ਕਰਨ ਦੀ ਰਾਜਨੀਤੀ ਕਰ ਰਹੇ ਹੋ ਇਹਦੇ ਨਾਲ ਅੱਗੇ ਤੋਂ ਇਹ ਹੋਏਗਾ ਕਿ ਅਗਰ ਕੋਈ ਭੀੜ ਹਿੰਸਕ ਹੋ ਜਾਏਗੀ ਕਿਸੇ ਧਰਮ ਵਿਸ਼ੇਸ਼ ਦੀ ਤਾਂ ਪੁਲਿਸ ਆਪਣੇ ਹਥਿਆਰ ਛੱਡ ਦੇਗੀ ਉਹਨਾਂ ਨੂੰ ਇਹ ਕਹੇਗੀ ਤੁਸੀਂ ਤੋੜ ਫੋੜ ਕਰੋ ਦੂਸਰੇ ਦੀ ਸਰਕਾਰ ਆਏਗੀ ਤਾਂ ਸਾਡੀਆਂ ਨੌਕਰੀਆਂ ਖਤਰੇ 'ਚ ਪੈ ਜਾਣਗੀਆਂ ਤੇ ਇਸ ਲੀਹ ਦੇ ਖਿਲਾਫ ਸ਼ਿਵ ਸੈਨਾ ਹਿੰਦੁਸਤਾਨ ਨੇ ਫੈਸਲਾ ਕੀਤਾ ਕਿ ਉਹ ਅਫਸਰਾਂ ਨੂੰ ਬਹਾਲ ਕੀਤਾ ਜਾਣਾ ਚਾਹੀਦਾ ਉਹਨਾਂ ਨੂੰ ਜਿਹੜਾ ਬਰਤਰਫ ਕੀਤਾ ਗਿਆ ਉਹ ਜਿਹੜੀ ਹੈ ਨਿੰਦਣਯੋਗ ਘਟਨਾ ਸ਼ਿਵ ਸੈਨਾ ਹਿੰਦੁਸਤਾਨ ਇਹਦੀ ਨਿੰਦਾ ਕਰਦੀ ਹੈ ਤੀਸਰਾ ਜਿਹੜਾ ਉਸ ਤੋਂ ਅੱਗੇ ਅਸੀਂ ਗੱਲ ਕਹੀ ਹੈ ਸ਼ਿਵ ਸੈਨਾ ਹਿੰਦੁਸਤਾਨ ਨੇ ਸਾਰਵਜਨਿਕ ਸਟੈਂਡ ਲਿਆ ਕਿ ਅਸੀਂ ਜਿਹੜਾ ਕਿਸਾਨ ਅੰਦੋਲਨ ਦਾ ਸ਼ੁਰੂ ਤੋਂ ਇਸ ਗੱਲ ਲਈ ਸਮਰਥਨ ਕਰ ਰਹੇ ਸੀਗੇ ਕਿ ਸਰਕਾਰ ਜਿਹੜੀ ਹੈ ਉਹਨਾਂ ਦੀ ਗੱਲ ਗੰਭੀਰਤਾ ਨਾਲ ਸੋਚੇ ਬਿੱਲ ਲਿਆਉਣ ਤੋਂ ਪਹਿਲਾਂ ਭਾਜਪਾ ਸਰਕਾਰ ਕੋਲ ਪੂਰੀ ਕਾਂਗਰਸ ਸੀਗਾ ਇਹ ਬਿੱਲ ਕਦੇ ਵੀ ਆਪਾਂ ਪਾਸ ਕਰ ਸਕਦੇ ਸੀਗੇ ਇਹਨਾਂ ਬਿੱਲਾਂ ਦੇ ਉੱਤੇ ਸਰਕਾਰ ਨੂੰ ਕਿਸਾਨ ਸੰਗਠਨਾਂ ਨਾਲ ਗੱਲ ਕਰਨੀ ਚਾਹੀਦੀ ਸੀਗੀ ਔਰ ਜਦੋਂ ਕਿਸਾਨ ਪਹਿਲੀ ਵਾਰ ਬੀਜੇਪੀ ਭਾਰਤ ਸਰਕਾਰ ਦੇ ਕੋਲ ਗਿਆ ਸੀਗਾ ਉਦੋਂ ਭਾਰਤ ਸਰਕਾਰ ਦੇ ਕ੍ਰਿਸ਼ੀ ਸਚਿਵ ਨੇ ਇਹਨਾਂ ਨਾਲ ਗੱਲਬਾਤ ਕੀਤੀ ਸੀ ਖੇਤੀਬਾੜੀ ਮੰਤਰੀ ਨੇ ਗੱਲਬਾਤ ਨਹੀਂ ਕੀਤੀ ਸੀ ਪਰ ਹੁਣ ਗੱਲਬਾਤ ਨਿਰੰਤਰ ਹੋ ਰਹੀ ਹੈ ਕਿਸਾਨ ਸੰਗਠਨਾਂ ਨੇ ਆਪਣਾ ਅੰਦੋਲਨ ਕਰਕੇ ਜਿਹੜੇ ਮੁੱਦੇ ਸੀਗੇ ਉਹ ਅੱਛੀ ਤਰ੍ਹਾਂ ਭਾਰਤ ਸਰਕਾਰ ਦੇ ਸਾਹਮਣੇ ਰੱਖੇ ਹੈ ਔਰ ਮੁੱਦਿਆਂ ਦੇ ਉੱਤੇ ਇੱਕ ਸਹਿਮਤੀ ਬਣ ਰਹੀ ਹੈ ਕਿ ਉਹ ਮੁੱਦੇ ਦੇ ਉੱਤੇ ਸੰਸ਼ੋਧਨ ਹੋ ਸਕਦਾ ਹੈ ਅਸੀਂ ਸ਼ਿਵ ਸੈਨਾ ਹਿੰਦੁਸਤਾਨ ਵੱਲੋਂ ਜਿਹੜੀਆਂ ਦੋਨੋਂ ਧਿਰਾਂ ਕਿਸਾਨ ਯੂਨੀਅਨ ਔਰ ਸਰਕਾਰ ਦੋਨਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਆਪਣੇ ਆਪਣੇ ਜਿਹੜੇ ਸਟੈਂਡ ਹੈ ਉਸ ਤੋਂ ਇੱਕ ਕਦਮ ਆਣ ਕਿਸਾਨ ਸੰਗਠਨ ਵੀ ਜਿਹੜੇ ਮੁੱਦੇ ਹੈ ਜਿਹੜਾ ਉਹਨਾਂ ਦੀ ਸਮੱਸਿਆਵਾਂ ਸੀਗੀਆਂ ਉਹ ਮੁੱਦਿਆਂ ਦੇ ਉੱਤੇ ਸੰਸ਼ੋਧਨ ਹੋਣਾ ਚਾਹੀਦਾ ਇਹਦੇ ਲਈ ਪੂਰਾ ਦੇਸ਼ ਸਹਿਮਤ ਹੈ ਪਰ ਇਹ ਕਹਿਣਾ ਕਿ ਬਿੱਲ ਰੱਦ ਹੋਏਗਾ ਤਦੀ ਅਸੀਂ ਮੰਨਾਂਗੇ ਇਸ ਸਟੈਂਡ ਦੇ ਨਾਲ ਸ਼ਿਵ ਸੈਨਾ ਕਿਤੇ ਨਾ ਕਿਤੇ ਥੋੜੀ ਜਿਹੀ ਅਸਹਿਮਤੀ ਰੱਖਦੀ ਹੈ ਔਰ ਸਰਕਾਰ ਨੂੰ ਵੀ ਚਾਹੀਦਾ ਕਿ ਜਿਹੜੇ ਮੁੱਦਿਆਂ ਤੇ ਸਹਿਮਤੀ ਹੋ ਗਈ ਹੈ ਉਹ ਕਿਸਾਨ ਯੂਨੀਅਨ ਦੇ ਨਾਲ ਬੈਠ ਕੇ ਉਹਨਾਂ ਦੀ ਨੋਟੀਫਿਕੇਸ਼ਨ ਉਹਨਾਂ ਨਾਲ ਜਾਰੀ ਕਰੇ ਚਾਹੇ ਉਹ MSP ਦਾ ਮਾਮਲਾ ਸੀ ਚਾਹੇ ਉਹ SGM ਕੋਡ ਜਾਣ ਦਾ ਮਾਮਲਾ ਸੀ ਜਾਂ ਕਿਸੇ ਵੀ ਵਪਾਰੀ ਘਰਾਣੇ ਵੱਲੋਂ ਅਸੀਮਤ ਭੰਡਾਰਨ ਕਰਨ ਦੀ ਪਾਵਰ ਸੀਗੀ ਉਹ ਸਾਰੇ ਜਿਹੜੇ ਮੁੱਦੇ ਜਿਹੜੇ ਕਿਸਾਨ ਦੇ ਹਿੱਤਾਂ ਨੂੰ ਪ੍ਰਭਾਵਿਤ ਕਰਦੇ ਸੀਗੇ ਉਹ ਮੁੱਦੇ ਤੁਰੰਤ ਸੋਲਵ ਹੋਣੇ ਚਾਹੀਦੇ ਸੀਗੇ ਪਰ ਦੋਨੋਂ ਹੀ ਧਿਰ ਜਿਹੜੇ ਹੈ ਦੇਸ਼ ਹਿੱਤ ਦੇ ਵਿੱਚ ਆਪਣੇ ਆਪਣੇ ਸਟੈਂਡ ਤੋਂ ਇੱਕ ਇੱਕ ਕਦਮ ਅੱਗੇ ਹਨ ਇਹ ਸ਼ਿਵ ਸੈਨਾ ਹਿੰਦੁਸਤਾਨ ਨੇ ਅੱਜ ਦੀ ਮੀਟਿੰਗ 'ਚ ਵਿਚਾਰੇ ਹੈ ਔਰ ਅਸੀਂ ਸਰਵਜਨਿਕ ਤੌਰ ਤੇ ਇਹਦੇ ਉੱਤੇ ਸਟੈਂਡ ਸ਼ਿਵ ਸੈਨਾ ਹਿੰਦੁਸਤਾਨ ਪੰਜਾਬ ਪ੍ਰਦੇਸ਼ ਦੀ ਕੋਰ ਕਮੇਟੀ ਦੀ ਬੈਠਕ ਅੱਜ ਜਲੰਧਰ ਵਿੱਚ ਹੋਈ ਹੈ ਜਿਹਦੇ ਵਿੱਚ ਫੈਸਲਾ ਕੀਤਾ ਗਿਆ ਕਿ ਪੰਜਾਬ 'ਚ ਹੋਣ ਵਾਲੀਆਂ ਨਗਰ ਨਿਗਮ ਨਗਰ ਪਾਲਿਕਾਵਾਂ ਦੀਆਂ ਚੋਣਾਂ ਨੂੰ ਸ਼ਿਵ ਸੈਨਾ ਹਿੰਦੁਸਤਾਨ ਹਿੰਦੁਸਤਾਨ ਸ਼ਕਤੀ ਸੈਨਾ ਹਿੰਦੁਸਤਾਨ ਸ਼ਕਤੀ ਸੈਨਾ ਦੇ ਬੈਨਰ ਥੱਲੇ ਲੜੇਗੀ ਔਰ ਅਸੀਂ ਹਰ ਚੋਣਾਂ ਦੇ ਵਿੱਚ ਪਹਿਲਾਂ ਵੀ ਹਿੱਸਾ ਲਿਆ ਔਰ ਹੁਣ ਵੀ ਅਸੀਂ ਇਹਨਾਂ ਚੋਣਾਂ ਦੇ ਵਿੱਚ ਪੂਰੇ ਜ਼ੋਰ ਸ਼ੋਰ ਨਾਲ ਹਿੱਸਾ ਲਾਂਗੇ ਅੱਜ ਇਸ ਚੋਣਾਂ ਨੂੰ ਧਿਆਨ 'ਚ ਰੱਖਦੇ ਹੋਏ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਜਿਹਦੀ ਅਗਵਾਈ ਸ਼੍ਰੀ ਕ੍ਰਿਸ਼ਨ ਸ਼ਰਮਾ ਜੀ ਕਰਨਗੇ ਜਿਹਦੇ ਵਿੱਚ ਪਾਰਟੀ ਦੇ ਸੀਨੀਅਰ ਲੀਡਰ ਸ਼੍ਰੀ ਚੰਦਰਕਾਂਤ ਚੱਡਾ ਜੀ ਰੋਹਿਤ ਮਹਿੰਗੀ ਜੀ ਰਾਮਪਾਲ ਸ਼ਰਮਾ ਜੀ ਔਰ ਸੰਜੀਵ ਦੇਮ ਜੀ ਹੋਣਗੇ ਇਹ ਕਮੇਟੀ ਉਹ ਸਾਰੇ ਉਮੀਦਵਾਰਾਂ ਦੀ ਸਮੀਖਿਆ ਕਰੇਗੀ ਔਰ ਉਹਨਾਂ ਨੂੰ ਟਿਕਟਾਂ ਦੀ ਅਲਾਟਮੈਂਟ ਕਰੇਗੀ ਸਰ ਕਿੰਨੇ ਕੈਂਡੀਡੇਟ ਉਤਾਰੋਗੇ ਜੀ ਇਹ ਕਮੇਟੀ ਹੁਣ ਫੈਸਲਾ ਕਰੇਗੀ ਸਾਰੇ ਕਸਬਿਆਂ 'ਚ ਨਗਰ ਪਾਲਿਕਾ 'ਚ ਬੈਠਕਾਂ ਕਰਕੇ ਔਰ ਜਿੰਨੇ ਵੀ ਸੀਟਾਂ 'ਤੇ ਸਾਡਾ ਪ੍ਰਭਾਵ ਹੋਏਗਾ ਉਹਨਾਂ ਸੀਟਾਂ 'ਤੇ ਅਸੀਂ ਚੋਣਾਂ 'ਚ ਉਮੀਦਵਾਰ ਉਤਾਰਾਂਗੇ